ਸਾਦਤ हसन ਮंटो ਦੀ ਕਹਾਣੀ ਹਾਮਿਦ ਦਾ ਬੱਚਾ ਲਾਹੌਰ ਤੋਂ ਬਾਬੂ ਹਰਗੋਪਾਲ ਆਏ ਤਾਂ ਹਾਮਿਦ ਘਰ ਦਾ ਰਹਿਣਾ ਘਾਟਦਾ ਉਹਨਾਂ ਨੇ ਆਉਂਦੀ ਹਾਮਿਦ ਨੂੰ ਕਿਹਾ ਲਓ ਭਾਈ ਫੋਰਨਿਕ ਟੈਕਸੀ ਦਾ ਬੰਦੋਬਸਤ ਕਰੋ ਹਾਮਿਦ ਨੇ ਕਿਹਾ ਤੁਸੀਂ ਜ਼ਰਾ ਤਾਂ ਆਰਾਮ ਕਰ ਲਓ ਇੰਨਾ ਲੰਮਾ ਸਫ਼ਰ ਤੈਅ ਕਰਕੇ ਆਏ ਹੋ ਥਕਾਵਟ ਹੋਏਗੀ ਬਾਬੂ ਹਰਗੋਪਾਲ ਆਪਣੀ ਧੁੰਦ ਦੇ ਪੱਕੇ ਸੀ ਨਹੀਂ ਭਾਈ ਮੈਨੂੰ ਥਕਾਵਟ ਤੋਂ ਕੋਬੜ ਕੁਝ ਨਹੀਂ ਮੈਂ ਇਥੇ ਸੈਰ ਦੀ ਗਰਜ਼ ਨਾਲ ਆਇਆ ਆਰਾਮ ਕਰਨ ਨਹੀਂ ਆਇਆ ਬੜੀ ਮੁਸ਼ਕਲ ਨਾਲ 10 ਦਿਨ ਕੱਢਿਆ ਇਹ 10 ਦਿਨ ਤੁਸੀਂ ਮੇਰੇ ਹੋ ਜੋ ਮੈਂ ਕਹਾਂਗਾ ਤੁਹਾਨੂੰ ਮੰਨਣਾ ਪਏਗਾ ਮੈਂ ਹੁਣ ਆਯਾਸ਼ੀ ਦੀ ਇੰਤਖਾ ਕਰ ਦੇਣਾ ਚਾਹਾਂ ਸੋਡਾ ਮੰਗਾਓ ਹਾਮਿਦ ਨੇ ਬਹੁਤ ਮਨਾ ਕੀਤਾ ਕਿ ਵੇਖੋ ਬਹੁ ਹਰਗੋਪਾਲ ਸਵੇਰੇ ਸਵੇਰੇ ਨਾ ਸ਼ੁਰੂ ਕਰੋ ਪਰ ਉਹ ਨਹੀਂ ਮੰਨੇ ਬਕਸਾ ਖੋਲ ਕੇ ਜਾਨੀ ਵਾਕ ਕਰਦੀ ਬੋਤਲ ਕੱਢੀ ਤੇ ਉਹਨੂੰ ਖੋਲਣਾ ਸ਼ੁਰੂ ਕਰ ਦਿੱਤਾ ਸੋਡਾ ਨਹੀਂ ਮੰਗਵਾਉਂਦੇ ਤਾਂ ਲਿਆਓ ਥੋੜਾ ਜਿਹਾ ਪਾਣੀ ਲਿਆਓ ਕੀ ਪਾਣੀ ਵੀ ਨਹੀਂ ਦਿਓਗੇ ਬਾਊ ਹਰਗੋਪਾਲ ਹਾਮਿਤ ਤੋਂ ਮੁਰਚ ਵੱਡੇ ਸਨ ਹਾਮਿਤੀ ਦਾ ਸੀ ਤੇ ਉਹ 40 ਦੇ ਸੀ ਹਾਮੇ ਉਹਨਾਂ ਦੀ ਇੱਜ਼ਤ ਕਰਦਾ ਸੀ ਇਸ ਲਈ ਉਹਨਾਂ ਦੇ ਮਰਹੂਮ ਬਾਪ ਨਾਲ ਬਾਊ ਸਾਹਿਬ ਦੇ ਦਿਲੀ ਸਬੰਧ ਸਨ ਉਹਨੇ ਫੌਰਨ ਸੋਡਾ ਮੰਗਵਾਇਆ ਬੜੀ ਝਿਜਕ ਨਾਲ ਕਿਹਾ ਵੇਖੋ ਮੈਨੂੰ ਮਜਬੂਰ ਨਾ ਕਰਨਾ ਜੀ ਤੁਸੀਂ ਜਾਣਦੇ ਹੋ ਮੇਰੀ ਪਤਨੀ ਬੜੀ ਸਖਤਗੀਰ ਹੈ ਪਰ ਬਾਊ ਹਰਗੋਪਾਲ ਦੇ ਸਾਹਮਣੇ ਉਹਦੀ ਕੋਈ ਪੇਸ਼ ਨਾ ਚੱਲੀ ਉਹਨੂੰ ਸਾਥ ਦੇਣਾ ਹੀ ਪਿਆ ਜਿਵੇਂ ਕਿ ਉਮੀਦ ਸੀ ਚਾਰ ਪੈਗ ਪੀਣ ਤੋਂ ਬਾਅਦ ਬਾਉ ਹਰਗਪਾਲ ਨੇ ਹਾਮਿਦ ਨੂੰ ਕਿਹਾ ਲੈ ਬਈ ਹੁਣ ਚੱਲੀਏ ਘੁੰਮਣ ਪਰ ਵੇਖੋ ਕੋਈ ਐਸੀ ਟੈਕਸੀ ਫੜਨਾ ਜੋ ਜ਼ਰਾ ਸ਼ਾਨਦਾਰ ਹੋਵੇ ਪ੍ਰਾਈਵੇਟ ਟੈਕਸੀ ਹੋਵੇ ਤਾਂ ਬਹੁਤ ਚੰਗਾ ਹੈ ਮੈਨੂੰ ਇਹਨਾਂ ਮੀਟਰਾਂ ਨਾਲ ਨਫ਼ਰਤ ਹੈ ਹਾਮਿਦ ਨੇ ਪ੍ਰਾਈਵੇਟ ਟੈਕਸੀ ਦਾ ਬੰਦੋਬਸ ਕਰ ਦਿੱਤਾ ਨਵੀਂ ਫੋਰਡ ਸੀ ਡਰਾਈਵਰ ਵੀ ਬਹੁਤ ਚੰਗਾ ਸੀ ਬਾਉ ਹਰਗਪਾਲ ਬਹੁਤ ਖੁਸ਼ ਹੋਈ ਟੈਕਸੀ 'ਚ ਬੈਠ ਕੇ ਆਪਣਾ ਚੌੜਾ ਬਟੂਆ ਕੱਢਿਆ ਖੋਲ ਕੇ ਵੇਖਿਆ 100-100 ਦੇ ਕਈ ਨੋਟਸ ਹਨ ਸੁਖ ਦਾ ਸਾਲ ਆ ਲਿਆ ਤੇ ਆਪਣੇ ਆਪ ਨੂੰ ਕਿਹਾ کافی ਹਨ ਲੈ ਵੀ ਡਰਾਈਵਰ ਹੁਣ ਚੱਲੋ ਡਰਾਈਵਰ ਨੇ ਆਪਣੇ ਸਿਰ ਉੱਤੇ ਟੋਪੀ ਨੂੰ ਟੇਡਾ ਕੀਤਾ ਤੇ ਪੁੱਛਿਆ ਕਿੱਥੇ ਸੀਟ ਬਹੁ ਹਰ ਗੋਪਾਲ ਹਾਮਿਦ ਨੂੰ ਮੁਖਾਤਬ ਹੋਏ ਬੋਲੋ ਵੀ ਤੁਸੀਂ ਹਾਮਿਦ ਨੇ ਕੁਝ ਦੇਰ ਸੋਚ ਕੇ ਇੱਕ ਟਿਕਾਣਾ ਦੱਸਿਆ ਟੈਕਸੀ ਨੇ ਉੱਧਰ ਦਾ ਰੁਕ ਖ ਕੀਤਾ ਥੋੜੀ ਦੇਰ ਤੋਂ ਬਾਅਦ ਬੰਬਈ ਦਾ ਸਭ ਤੋਂ ਵੱਡਾ ਦਲਾਲ ਉਹਨਾਂ ਦੇ ਨਾਲ ਸੀ ਉਹਨੇ ਵਕਫ ਵਕਫ ਥਾਵਾਂ ਤੋਂ ਵਕਫ ਵਕਫ ਲੜਕੀਆਂ ਕੱਢ ਕੱਢ ਕੇ ਪੇਸ਼ ਕੀਤੀਆਂ ਪਰ ਹਾਮਿਦ ਨੂੰ ਕੋਈ ਪਸੰਦ ਨਹੀਂ ਉਹ ਨਫਾਸਤ ਪਸੰਦ ਸੀ ਸਫਾਈ ਦਾ ਸ਼ੁਦਾਈ ਸੀ ਇਹ ਲੜਕੀਆਂ ਸੁਰਖੀ ਪਾਊਡਰ ਦੇ باوجود ਉਹਨੂੰ ਗੰਦੀਆਂ ਵਿਖਾਈ ਦਿੱਤੀਆਂ ਇਹਦੇ ਇਲਾਵਾ ਉਹਨਾਂ ਦੇ ਚਿਹਰਿਆਂ ਉੱਤੇ ਕਸਬੀ ਹੋਣ ਦੀ ਮੋਹਰ ਸੀ ਇਹ ਉਹਨੂੰ ਬਹੁਤ ਕਿਨੌਣੀ ਲੱਗਦੀ ਸੀ ਉਹ ਚਾਹੁੰਦਾ ਸੀ ਕਿ ਔਰਤ ਨੂੰ ਕਸਬੀ ਹੋਣ ਉੱਤੇ ਵੀ ਔਰਤ ਹੀ ਰਹਿਣਾ ਚਾਹੀਦਾ ਆਪਣੇ ਔਰਤਾਂ ਨੂੰ ਆਪਣੇ ਪੇਸ਼ੇ ਦੇ ਹੇਠਾਂ ਦਬਾ ਨਹੀਂ ਦੇਣਾ ਚਾਹੀਦਾ ਉਹਦੇ ਉਲਟ ਬਾਹੂ ਹਰਗੋਪਾਲ ਗਲਾਜ਼ਤ ਪਸੰਦ ਸੀ ਲੱਖਾਂ 'ਚ ਖੇਡਦਾ ਸੀ ਚਾਹੁੰਦਾ ਤਾਂ ਬੰਬਈ ਦਾ ਪੂਰਾ ਸ਼ਹਿਰ ਸਾਬਣ ਪਾਣੀ ਨਾਲ ਧਲਵਾ ਦਿੰਦਾ ਪਰ ਆਪਣੀ ਜ਼ਾਤੀ ਸਫਾਈ ਦਾ ਉਹਨੂੰ ਕੋਈ ਖਿਆਲ ਨਹੀਂ ਸੀ ਨਹਾਉਂਦਾ ਸੀ ਬਹੁਤ ਹੀ ਥੋੜੇ ਪਾਣੀ ਨਾਲ ਕਈ ਕਈ ਦਿਨ ਸ਼ੇਵ ਨਹੀਂ ਕਰਦਾ ਸੀ ਗਲਾਸ ਚਾਹੇ ਮੈਲਾ ਚਿੱਕੜ ਹੋਵੇ ਚੁੱਕ ਕੇ ਉਸ ਟ ਫਰਸਟ ਕਲਾਸ ਵਿਸਕੀ ਪਾ ਦਿੰਦਾ ਗਲੀਜ਼ ਪਿਖਾਰਨ ਨੂੰ ਸੀਨੇ ਦੇ ਨਾਲ ਚੰਬੇੜ ਕੇ ਸੌਂ ਜਾਂਦਾ ਸੀ ਕਹਿੰਦਾ ਸੀ ਲੁਤਫਾ ਗਿਆ ਕਿਆ ਚੀਜ਼ ਸੀ ਹਾਮਿਦ ਨੂੰ ਹੈਰਤ ਹੁੰਦੀ ਕਿ ਬਾਹੂ ਕਿਸ ਕਿਸਮ ਦਾ ਇਨਸਾਨ ਹੈ ਪਰ ਨਿਖਾਇਤੀ ਕੀਮਤੀ ਸ਼ੇਰਵਾਨੀ ਹੈ ਇਠਾ ਜਾਈ ਬਣਾਣ ਹੈ ਕਿ ਉਹਨੂੰ ਦੇਖਣ ਨਾਲ ਉਹ ਬੁੱਕਾਈਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਰੁਮਾਲ ਕੋਲ ਹੈ ਪਰ ਕੁਰਤੇ ਦੇ ਪੱਲੇ ਨਾਲ ਨੱਕ ਦਾ ਵਗਦਾ ਸੀਂਹ ਸਾਫ਼ ਕਰ ਰਿਹਾ ਹੈ। ਗਲੀਜ਼ ਪਲੇਟ 'ਚ ਚਾਟ ਖਾ ਕੇ ਖੁਸ਼ ਹੋ ਰਿਹਾ ਹੈ। ਤੱਕੀਏ ਦੇ ਗਿਲਾਫ ਮੈਲੇ ਹੋ ਕੇ ਬਦਬੂ ਛੱਡ ਰਹੇ ਹਨ ਪਰ ਉਹਨੂੰ ਉਹਨਾਂ ਨੂੰ ਬਦਲਵਾਉਣ ਦਾ ਖਿਆਲ ਤੱਕ ਨਹੀਂ ਆਉਂਦਾ। ਹਮੀਦ ਨੇ ਉਸ ਸੰਬੰਧੀ ਬਹੁਤ ਗੌਰ ਕੀਤਾ ਸੀ ਪਰ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ। ਉਹਨੇ ਕਈ ਵਾਰ ਬਾਬੂ ਹਰਗੋਪਾਲ ਨੂੰ ਕਿਹਾ ਬਾਊ ਜੀ ਤਾਨੂੰ ਗਲਾਜ਼ਤ ਤੋ ਕਿੰਨ ਕਿਉਂ ਨਹੀਂ ਆਉਂਦੀ ਇਹ ਸੁਣ ਕੇ ਬਾਬੂ ਹਰਗੋਪਾਲ ਮੁਸਕਰਾ ਦਿੰਦੇ ਕਿਉਂ ਨਹੀਂ ਆਉਂਦੀ ਪਰ ਤੈਨੂੰ ਤਾਂ ਹਰ ਜਗ੍ਹਾ ਗਲਾਜ਼ਤ ਹੀ ਗਲਾਜ਼ਤ ਨਜ਼ਰ ਆਉਂਦੀ ਹੈ ਹੁਣ ਇਹਦਾ ਕੀ ਇਲਾਜ ਹੈ ਹਾਮਿਦ ਖਾਮੋਸ਼ ਹੋ ਜਾਂਦਾ ਤੇ ਦਿਲੀ ਦਿਲ ਚ ਬਾਬੂ ਹਰਗੋਪਾਲ ਦੀ ਗਲਾਜ਼ਤ ਪਸੰਦੀ ਉਤੇ ਕੁੜਦਾ ਰਹਿੰਦਾ ਟੈਕਸੀ ਦੇਰ ਤੱਕ ਇੱਧਰ ਉੱਧਰ ਘੁੰਮਦੀ ਰਹੀ ਦਲਾਲ ਨੇ ਜਦੋਂ ਵੇਖਿਆ ਕਿ ਹਾਮਿਦ ਪਸੰਦ ਦੇ ਮਾਮਲੇ ਚ ਬਹੁਤ ਕਰੜਾ ਹੈ ਤਾਂ ਉਹਦੇ ਦਿਲ ਚ ਕੁਝ ਸੋਚਿਆ ਤੇ ਡਰਾਈਵਰ ਨੂੰ ਕਿਹਾ ਸ਼ਿਵਾਜੀ ਪਾਰਕ ਵੱਲ ਦਬਾਓ ਉਹ ਵੀ ਪਸੰਦ ਨਹੀਂ ਆਈ ਤਾਂ ਕਸਮ ਖੁਦਾ ਦੀ ੜੂਆ ਗਿਰੀ ਛੱਡ ਦੇਵਾਂਗਾ ਟੈਕਸੀ ਸ਼ਿਵਾਜੀ ਪਾਰਕ ਦੀ ਇੱਕ ਬੰਗਲਾ ਨੂਆ ਬਿਲਡਿੰਗ ਦੇ ਕੋਲ ਰੁਕੀ ਦਲਾਲ ਉੱਪਰ ਚਲਾ ਗਿਆ ਥੋੜੀ ਦੇਰ ਬਾਅਦ ਵਾਪਸ ਆਇਆ ਤੇ ਬਾਊ ਹਰਗੋਬਾਲ ਤੇ ਹਾਮੇਦ ਨੂੰ ਆਪਣੇ ਨਾਲ ਲੈ ਗਿਆ ਬਹੁਤ ਸਾਫ਼-ਸਾਫ਼ ਕਮਰਾ ਫਰਸ਼ ਦੀਆਂ ਟਾਈਲਾਂ ਚਮਕ ਰਹੀਆਂ ਫਰਨੀਚਰ ਉੱਤੇ ਗਰਦ ਦਾ ਜ਼ਰਰਾ ਤੱਕ ਨਹੀਂ ਸੀ ਇੱਧਰ ਦੀਵਾਰ ਉੱਤੇ ਸਵਾਮੀ ਵਿਵੇਕਾਨੰਦ ਦੀ ਤਸਵੀਰ ਲਟਕ ਰਹੀ ਸੀ ਸਾਹਮਣੇ ਗਾਂਧੀ ਦੀ ਤਸਵੀਰ ਸੁਭਾਸ਼ ਦਾ ਫੋਟੋ ਇਸ ਇਮੇਜ ਉਤੇ ਮਰਾਠੀ ਦੀਆਂ ਕਿਤਾਬਾਂ ਪਈਆਂ ਸਨ ਦਲਾਲ ਨੇ ਉਹਨਾਂ ਨੂੰ ਬੈਠਣ ਲਈ ਕਿਹਾ ਦੋਨੋਂ ਸੋਫੇ ਤੇ ਬੈਠ ਗਏ ਹਾਮਿਦ ਘਰ ਦੀ ਸਫਾਈ ਤੋਂ ਬਹੁਤ ਪ੍ਰਭਾਵਿਤ ਹੋਇਆ ਚੀਜ਼ਾਂ ਸੰਖੇਪ ਸਨ ਪਰ ਕਰੀਨੇ ਨਾਲ ਰੱਖੀਆਂ ਗਈਆਂ ਸਨ ਫਿਜ਼ਾ ਬੜੀ ਗੰਭੀਰ ਸੀ ਇਸ ਕਸਬੀਆਂ ਵਾਲਾ ਉਹ ਬੇਸ਼ਰਮ ਤਿੱਖਾਪਣ ਨਹੀਂ ਸੀ ਹਾਮਿਦ ਬੜੀ ਬੇਸਬਰੀ ਨਾਲ ਕੁੜੀ ਦੀ ਆਮਦ ਦਾ ਇੰਤਜ਼ਾਰ ਕਰਨ ਲੱਗਾ ਦੂਜੇ ਕਮਰੇ 'ਚ ਇੱਕ ਮਰਦ ਪ੍ਰਗਟ ਹੋਇਆ। ਉਹਨੇ ਸੱਜੇ-ਸੱਜੇ ਸਰਗੋਸ਼ੀਆਂ 'ਚ ਦਲਾਲ ਨਾਲ ਗੱਲਾਂ ਕੀਤੀਆਂ। ਬਾਊ ਹਰਗੋਪਾਲ ਤੇ ਹਾਮਿਦਵਾਲ ਵੇਖਿਆ ਤੇ ਕਿਹਾ, "ਉਹਨੇ ਆਉਂਦੀ ਹੈ ਨਾ ਰਹੀ ਸੀ, ਕੱਪੜੇ ਪਹਿਨ ਰਹੀ ਹੈ।" ਉਹ ਕਹਿ ਕੇ ਉੱਚਲਾ ਗਿਆ। ਹਾਮਿਦ ਨੇ ਗੌਰ ਨਾਲ ਕਮਰੇ ਦੀਆਂ ਚੀਜ਼ਾਂ ਵੇਖਣਾ ਸ਼ੁਰੂ ਕੀਤੀਆਂ। ਮੇਜ਼ ਦੇ ਕੋਲ ਕੋਨੇ 'ਚ ਬੜੀ ਖੂਬਸੂਰਤ ਰੰਗੀਨ ਚਟਾਈ ਪਈ ਸੀ। ਮੇਜ਼ ਉੱਤੇ ਕਿਤਾਬਾਂ ਦੇ ਨਾਲ 10-15 ਰਸਾਲੇ ਸਨ। ਏਠਾਂ ਬੜੀ ਨਾਜ਼ੁਕ ਚੱਪਲ ਚਮਕੀਲੇ ਫਰਸ਼ ਤੇ ਪਏ ਸਨ। ਉਜੇ ਇਸ ਅੰਦਾਜ਼ ਨਾਲ ਕਿ ਹੁਣੇ-ਹੁਣੇ ਉਹਨਾਂ ਚੋਂ ਪੈਰ ਨਿਕਲ ਕੇ ਗਏ ਐ ਸਾਹਮਣੇ ਸ਼ੀਸ਼ਿਆਂ ਵਾਲੀ ਅਲਮਾਰੀ 'ਚ ਕਤਾਰਦਰ ਕਤਾਰ ਕਿਤਾਬਾਂ ਸੀ ਬਾਊ ਹਰਗੋਪਾਲ ਨੇ ਫਰਸ਼ ਉੱਤੇ ਜਦੋਂ ਆਪਣੀ ਸਿਗਰਟ ਦਾ ਆਖਰੀ ਹਿੱਸਾ ਆਪਣੀ ਗੁਰਗਾਬੀ ਦੇ ਹੇਠਾਂ ਦਬਾਇਆ ਤਾਂ ਹਾਮਿੰਦ ਨੂੰ ਬਹੁਤ ਗੁੱਸਾ ਆਇਆ ਸੋਚ ਹੀ ਰਿਹਾ ਸੀ ਕਿ ਉਹਨੂੰ ਚੁੱਕ ਕੇ ਬਾਹਰ ਸੁੱਟ ਦੇਵੇ ਕਿ ਦੂਜੇ ਕਮਰੇ ਦੇ ਦਰਵਾਜ਼ੇ ਵੱਲੋਂ ਉਹਦੇ ਕੰਨਾਂ 'ਚ ਰੇਸ਼ਮੀ ਸਰਸਰਾਹਟ ਪਹੁੰਚੀ ਉਹਨੇ ਜ਼ਾਵੀਆ ਬਦਲ ਕੇ ਵੇਖਿਆ ਕਿ ਗੋਰੀ ਚਿੱਟੀ ਕੁੜੀ ਬਿਲਕੁਲ ਨਵੀਂ ਕਾਸਟੇਟ ਲਿਫਟੇ ਨੰਗੇ ਪੈਰਾਂ ਰਹੀ ਸੀ ਕਾਸਟੇ ਦਾ ਪੱਲੂ ਉਹਦੇ ਸਿਰ ਤੋਂ ਖਿਸਕ ਗਿਆ ਸਿੱਧੀ ਮੰਗ ਸੀ ਜਦੋਂ ਕਰੀਬ ਆ ਕੇ ਉਹਨੇ ਹੱਥ ਜੋੜ ਕੇ ਪ੍ਰਣਾਮ ਕੀਤਾ ਉਹਨੇ ਉਹਦੇ ਚਮਕੀਲੇ ਜੂੜੇ 'ਚ ਹਾਮਿਦ ਨੇ ਇੱਕ ਪੱਤਾ ਟੰਗਿਆ ਹੋਇਆ ਵੇਖਿਆ ਪੱਤੇ ਦਾ ਰੰਗ ਸਫੈਦੀ ਮਾਇਲ ਸੀ ਮੋٹے ਜੂੜੇ 'ਚ ਜੋ ਬੜੀ ਸਫਾਈ ਨਾਲ ਕੀਤਾ ਗਿਆ ਸੀ ਇਹ ਪੱਤਾ ਬਹੁਤ ਖੂਬਸੂਰਤ ਵਿਖਾਈ ਦਿੰਦਾ ਸੀ ਹਾਮਿਦ ਨੇ ਪ੍ਰਣਾਮ ਦਾ ਜਵਾਬ ਉੱਠ ਕੇ ਦਿੱਤਾ ਕੁੜੀ ਸ਼ਰਮਾਉਂਦੀ ਲੱਜਾਉਂਦੀ ਉਹਨਾਂ ਦੇ ਕੋਲ ਕੁਰਸੀ ਤੇ ਬੈਠ ਕੇ ਉਦੀ ਉਮਰ ਹਾਮਿਦ ਦੇ ਅੰਦਾਜ਼ੇ ਮੁਤਾਬਕ 17 ਸਾਲ ਤੋਂ ਉੱਪਰ ਨਹੀਂ ਸੀ ਕੱਦ ਦਰਮਿਆਨਾ ਰੰਗ ਗੋਰਾ ਜਿਸ ਹਲਕੀ ਹਲਕੀ ਪਿਆਜ਼ੀ ਚਲਕ ਸੀ ਜਿਸ ਤਰ੍ਹਾਂ ਉਹਦੀ ਸਾੜੀ ਨਵੀਂ ਸੀ ਉਸ ਤਰ੍ਹਾਂ ਉਹ ਖੁਦ ਨਵੀਂ ਲੱਗਦੀ ਸੀ ਕੁਰਸੀ ਤੇ ਬੈਠ ਕੇ ਉਹਨੇ ਬੜੀਆਂ ਬੜੀਆਂ ਸਿਆਹ ਅੱਖਾਂ ਚੁਕਾ ਲਈਆਂ ਹਾਮਿਦ ਨੂੰ ਅਜਿਹਾ ਮਹਿਸੂਸ ਹੋਣ ਲੱਗਾ ਕਿ ਉਹ ਹੌਲੀ ਹੌਲੀ ਉਸ ਦੇ ਵਜੂਦ ਵਿੱਚ ਪਰਵੇਸ਼ ਕਰ ਰਹੀ ਹੈ ਕੁੜੀ ਬੜੀ ਸਾਫ਼ ਸੁਥਰੀ ਬੜੀ ਉਜਲੀ ਸੀ ਬਾਊ ਹਰ ਗੋਪਾਲ ਨੇ ਹਾਮਿਦ ਨੂੰ ਕੁਝ ਕਿਹਾ ਤਾਂ ਤਰਬਕ ਪਿਆ ਜਿਵੇਂ ਉਹਨੂੰ ਕਿਸੇ ਨੇ ਝੰਜੋੜ ਕੇ ਜਗਾਤਾ ਹੋਵੇ ਕੀ ਕੇ ਬਾਹੁਰ ਗੋਪਾਲ ਬਾਹੁਰ ਗੋਪਾਲ ਨੇ ਕੀ ਗੱਲ ਕਰੂ ਭਈ ਫਿਰ ਆਵਾਜ਼ ਹੌਲੀ ਕਰਦੀ ਮੈਨੂੰ ਤਾਂ ਕੋਈ ਖਾਸ ਪਸੰਦ ਨਹੀਂ ਹਾਮਿਦ ਕਬਾਬ ਹੋ ਗਿਆ ਉਹਨੇ ਕੁੜੀ ਵੱਲ ਵੇਖਿਆ ਧੁੱਤਾ ਹੋਇਆ ਸ਼ਬਾਬ ਉਹਦੇ ਸਾਹਮਣੇ ਬੈਠਾ ਸੀ ਨਿਖਰੀ ਹੋਈ ਬੇਦਾਗ ਜਵਾਨੀ ਰੇਸ਼ਮ ਚ ਲਿਪਟੀ ਹੋਈ ਉਹਦੀ ਨਜ਼ਰਾਂ ਦੇ ਸਾਹਮਣੇ ਸੀ ਜਿਹਨੂੰ ਉਹ ਹਾਸਲ ਕਰ ਸਕਦਾ ਸੀ ਇੱਕ ਰਾਤ ਲਈ ਨਹੀਂ ਕਈ ਰਾਤਾਂ ਲਈ ਕਿਉਂਕਿ ਉਹ ਕੀਮਤ ਤਾਰ ਕੇ ਅਪਣਾਈ ਜਾ ਸਕਦੀ ਸੀ ਪਰ ਹਾਮਿਦ ਨੇ ਜਦੋਂ ਇਹ ਸੋਚਿਆ ਤਾਂ ਉਹਨੂੰ ਦੁੱਖ ਹੋਇਆ ਕਿ ਅਜੇਆ ਕਿਉਂ ਹੈ ਇਹ ਕੁੜੀ ਵਿਕਾਊ ਮਾਲ ਹਰਗਿਜ਼ ਨਹੀਂ ਹੋਣੀ ਚਾਹੀਦੀ ਫਿਰ ਉਹਨੂੰ ਖਿਆਲ ਆਇਆ ਜੇਕਰ ਅਜੇਆ ਹੁੰਦਾ ਤਾਂ ਉਹਨੂੰ ਹਾਸਲ ਕਿਵੇਂ ਕਰਦਾ ਬਾਉ ਹਰਗਪਾਲ ਨੇ ਬੜੇ ਭੌਂਡੇ ਅੰਦਾਜ਼ ਚ ਪੁੱਛਿਆ ਕੀ ਖਿਆਲ ਹੈ ਬਈ ਖਿਆਲ ਹਾਮਿਦ ਫੇਰ ਤਰਬ ਗਿਆ ਤੁਹਾਨੂੰ ਤਾਂ ਪਸੰਦ ਨਹੀਂ ਪਰ ਮੈਂ ਉਹ ਕੁਝ ਕਹਿੰਦੇ ਕਹਿੰਦੇ ਰੁਕ ਗਿਆ ਬਾਉ ਹਰਗਪਾਲ ਬੜੇ ਦੋਸਤ ਨਿਵਾਜ਼ ਸਨ ਉঠে ਤੇ ਦલાਲ ਤੋਂ ਕਾਰੋਬਾਰੀ ਅੰਦਾਜ਼ ਚ ਪੁੱਛਿਆ ਕਿ ਕਿੰਭੀ ਕੀ ਦੇਣਾ ਪਏਗਾ ਦલાਲ ਨੇ ਜਵਾਬ ਦਿੱਤਾ ਛੋਕਰੀ ਦੇਖ ਲਓ ਹੁਣੇ ਤਾਜ਼ਾ ਤਾਜ਼ਾ ਤੰਦਾ ਸ਼ੁਰੂ ਕੀਤਾ ਬਾਹੂ ਹਰਗੋਪਾਲ ਨੇ ਉਹਦੀ ਗੱਲ ਕੱਟੀ ਤੁਸੀਂ ਇਹਨੂੰ ਛੱਡੋ ਮਾਮਲੇ ਦੀ ਗੱਲ ਕਰੋ ਦલાਲ ਨੇ ਬੀੜੀ ਸੁਲਗਾਈ 100 ਰੁਪਏ ਹੋਣਗੇ ਪੂਰਾ ਦਿਨ ਰੱਖੋ ਜਾਂ ਪੂਰੀ ਰਾਤ ਰੱਖੋ ਇੱਕ ਤੇਲਾ ਘਟ ਨਹੀਂ ਹੋਏਗਾ ਬਾਹੂ ਹਰਗੋਪਾਲ ਹਾਮਿਦ ਨੂੰ ਮੁਖਾਤਬ ਹੋਇਆ ਕਿਉਂ ਭਈ ਹਾਮਿਦ ਨੂੰ ਬਾਹੂ ਹਰਗੋਪਾਲ ਤੇ ਦલાਲ ਦੀ ਗੱਲਬਾਤ ਬਹੁਤ ਬੁਰੀ ਲੱਗ ਰਹੀ ਸੀ ਉਹਨੂੰ ਇਹ ਮਹਿਸੂਸ ਹੁੰਦਾ ਸੀ ਉਸ ਕੁੜੀ ਦੀ ਤੋਹੀਨ ਹੋ ਰਹੀ ਹੈ 100 ਰੁਪਏ ਦੇ ਧੜਕਦਾ ਹੋਇਆ ਸ਼ਬਾਬ ਅਤੇ ਇੱਕ ਦੀ ਹੋਈ ਜਵਾਨੀ ਉਹਨੂੰ ਇਹ ਸੁਣ ਕੇ ਬਹੁਤ ਕੋਫਤ ਹੋਈ ਕਿ ਮਰਾਠੀ ਹੁਸਨ ਦਾ ਜੋ ਇਹ ਨਾਦਰ ਨਮੂਨਾ ਉਹਦੇ ਸਾਹਮਣੇ ਸਾਹ ਲੈ ਰਿਹਾ ਸੀ ਉਹਦੀ ਕੀਮਤ ਸਿਰਫ 100 ਰੁਪਏ ਹੈ ਪਰ ਇਸ ਕੋਫਾ ਦੇ ਨਾਲ ਹੀ ਇਸ ਖਿਆਲ ਨੇ ਉਹਦੇ ਦਿਲ 'ਚ ਛੁਟਕੀ ਲਈ ਕਿ 100 ਰੁਪਏ ਦੇ ਕੇ ਆਦਮੀਆਂ ਨੂੰ ਇਹਨੂੰ ਹਾਸਲ ਤਾਂ ਕਰ ਸਕਦਾ ਹੈ ਇੱਕ ਦਿਨ ਜਾਂ ਇੱਕ ਰਾਤ ਲਈ ਪਰ ਫਿਰ ਉਹਨੇ ਸੋਚਿਆ ਸਿਰਫ ਇੱਕ ਦਿਨ ਜਾਂ ਇੱਕ ਰਾਤ ਦੇ ਲਈ ਕਿਉਂ ਇਹਦੇ ਨਾਲ ਤਾਂ ਆਦਮੀ ਨੂੰ ਆਪਣੀ ਸਾਰੀ ਉਮਰ ਬਿਤਾ ਦੇਣੀ ਚਾਹੀਦੀ ਹੈ ਇਹਦੀ ਹਸਤੀ 'ਚ ਆਪਣੀ ਹਸਤੀ ਮਿਲਾ ਕੇ ਇੱਕ ਕਰ ਦੇਣੀ ਚਾਹੀਦੀ ਹੈ ਬਾਉ ਹਰਗੋਪਾਲ ਨੇ ਫਿਰ ਪੁੱਛਿਆ ਕਿਉਂ ਬਈ ਕੀ ਖਿਆਲ ਹੈ ਹਾਮਿਦ ਆਪਣਾ ਖਿਆਲ ਸਾਫ਼ ਨਹੀਂ ਕਰਨਾ ਚਾਹੁੰਦਾ ਸੀ ਬਾਉ ਹਰਗੋਪਾਲ ਮੁਸਕਰਾਇਆ ਜੇਬ 'ਚ ਬਟੂਆ ਕੱਢਿਆ ਸੌ ਦਾ ਇੱਕ ਨੋਟ ਦਲਾਲ ਨੂੰ ਦੇ ਦਿੱਤਾ ਇੱਕ ਤੇਲਾ ਘਟ ਨਾ ਇੱਕ ਤੇਲਾ ਜ਼ਿਆਦਾ ਫਿਰ ਉਹ ਹਾਮਿਦ ਨੂੰ ਮੁਖਾਤਬ ਆਇਆ ਚਲੋ ਬਈ ਮਾਮਲਾ ਤੈਅ ਹੋ ਗਿਆ 하미드 ਖاموش ਹੋ ਗਿਆ ਦੋਵੇਂ ਹੀਠਾ ਉਤਰ ਕੇ ਟੈਕਸੀ 'ਚ ਬੈਠੇ ਦਲਾਲ ਕੁੜੀ ਲੈ ਕੇ ਆ ਗਿਆ ਉਹ ਸ਼ਰਮਾਉਂਦੀ ਲਜਾਉਂਦੀ ਉਹਨਾਂ ਦੇ ਨਾਲ ਬੈਠ ਗਈ ਹੋਟਲ 'ਚ ਇੱਕ ਕਮਰੇ ਦਾ ਬੰਦੋਬਸ ਕਰਕੇ ਬਾਉ ਹਰਗੋਪਾਲ ਆਪਣੇ ਲਈ ਕੋਈ ਕੁੜੀ ਤਲਾਸ਼ ਕਰਨ ਚਲਾ ਗਿਆ ਕੁੜੀ ਪਲੰਗ ਤੇ ਅੱਖਾਂ ਨੀਵੀਆਂ ਕਰੀ ਬੈਠੀ ਸੀ ਹਾਮਿਦ ਦਾ ਦਿਲ ਧਕ ਧਕ ਕਰ ਰਿਹਾ ਸੀ ਬਾਉ ਹਰਗੋਪਾਲ ਵਿਸਕੀ ਦੀ ਬੋਤਲ ਛੱਡ ਗਿਆ ਸੀ ਅੱਧੀ ਦੇ ਕਰੀਬ ਬਾਕੀ ਸੀ ਹਾਮਿਦ ਨੇ ਸੋਡਾ ਮੰਗਵਾ ਕੇ ਇੱਕ ਬਹੁਤ ਵੱਡਾ ਪੈਗ ਲਾਇਆ ਇਸ ਨਾਲ ਉਸਚ ਕੁਝ ਜ਼ੁਰਤ ਪੈਦਾ ਹੋਈ ਉਹਨੇ ਕੁੜੀ ਦੇ ਕੋਲ ਬੈਠ ਕੇ ਪੁੱਛਿਆ ਤੁਹਾਡਾ ਨਾਮ ਕੁੜੀ ਨੇ ਨਜ਼ਰਾਂ ਚੁੱਕ ਕੇ ਜਵਾਬ ਦਿੱਤਾ ਲਤਾ ਮੰਗਲੌਕਰ ਬੜੀ ਪਿਆਰੀ ਆਵਾਜ਼ ਸੀ ਹਮੇਦ ਨੇ ਇੱਕ ਵੱਡਾ ਪੈਗ ਆਪਣੇ ਅੰਦਰ ਸੁੱਟਿਆ ਤੇ ਲਤਾ ਦੇ ਸਿਰ ਤੋਂ ਕਾਸ਼ਟੇ ਦਾ ਪੱल्लू ਹਟਾ ਕੇ ਉਹਦੇ ਚਮਕੀਲੇ ਵਾਲਾਂ ਤੇ ਹੱਥ ਫੇਰਿਆ ਲਤਾ ਨੇ ਵੱਡੀਆਂ-ਵੱਡੀਆਂ ਸਿਆਹ ਅੱਖਾਂ ਚਪਕਾਈਆਂ ਹਮੇਦ ਨੇ ਸਾੜੀ ਦਾ ਪੱल्लू ਬਿਲਕੁਲ ਹਟਾ ਸੁੱਟ ਦਿੱਤਾ ਸੁੱਤ ਚੋਲੀ ਦੇ ਖੁੱਲੇ ਗਿਰ ਗਰੇ ਬਾਨ ਦੇਖੇ ਹਮੇਦ ਅਸਰ ਵਜੂਦ ਕਮ ਗਿਆ ਉਹਦੇ ਦਿਲ ਚ ਖਾਹਿਸ਼ ਪੈਦਾ ਹੋਈ ਉਹਦੀ ਮਿੱਠੀ ਮਿੱਠੀ ਗਰਮੀ ਮਹਿਸੂਸ ਕਰੇ ਤੇ ਸੌ ਜਾਵੇ ਧੰਨਵਾਦ ਚਲਦਾ